हाँ जी, गुड मॉर्निंग जी, की हाल चाल आ सारिया का। टाइम हो गया 9:30, तो अज असी जल्दी ब्लॉग स्टार्ट कर लिया क्योंकि अज असी जल्दी उठ गए थी। तो हुण मैं कप्तान नूं घुमा के लैके आया हाँ, तो किरण करती पई है साफ सफाई क्योंकि जिहड़े काम वाले साडे उह छुट्टी ते आ। ठीक है जी, तो काफ़ी जणे दे कमेंट आए सीगे भी तुसीं डुबई ना जाओ जे करोना आ जां कुछ भी आ। सो असी हजे नहीं जा रहे, हजे असी प्लैनिंग कर रहे सीगे थोड़ी थोड़ी, पर हजे असी सोचिया नहीं कुछ भी। ठीक है जी, जो भी सोचांगे तुहानूं पहले दसांगे। हाँ जी, की कर दे झाड़ू वगैरह ला लिया बंदे बेली हो गई कहनी सी। ठीक, कपड़े कल रखने लगी सियाला दे है सूट है ही बहुत तेरे को ना हम तो लेके ही देना कोई सूट। क्यों नहीं लेके देने, हम तो मैंने क्या सी हर एक महीने ले रहे हैं। कदों क्या सी? एक दिन में क्या सी? पता नहीं मैं कदों कह देना हूँ। ठीक है, चल रख ला, मुड़ के चाह लाया मिले ਸਾਰਿਆਂ ਨੂੰ ਪਤਾ ਹੀ ਹੈ ਕਿ ਐਲੋਵੇਰਾ ਸਾਡੀ ਸਕਿਨ ਨੂੰ ਕਲੀਅਰ ਰੱਖਣ ਦੇ ਵਿੱਚ ਕਿੰਨਾ ਜ਼ਿਆਦਾ ਬੈਨੀਫਿਸ਼ੀਅਲ ਹੁੰਦਾ ਆ। ਸੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਵਾਓ ਦੇ ਐਲੋਵੇਰਾ ਪ੍ਰੋਡਕਟਸ ਦੇ ਬਾਰੇ 'ਚ। ਸੋ ਫਸਟਲੀ ਹੈਗਾ ਆ ਐਲੋਵੇਰਾ ਫੋਮਿੰਗ ਫੇਸ ਵਾਸ਼। ਸੋ ਇਹ ਸਕਿਨ ਨੂੰ ਡਰਾਈ ਨਹੀਂ ਹੋਣ ਦਿੰਦਾ, ਐਂਡ ਸੈਕਿੰਡਲੀ ਜਿਹੜੇ ਪੋਰਸ ਆ ਉਹਨਾਂ ਨੂੰ ਜੈਂਟਲੀ ਕਲੀਨ ਕਰਦਾ ਆ। ਇਹਦੇ ਵਿੱਚ ਲੀਫ ਐਕਸਟਰੈਕਟ ਐਂਡ ਪ੍ਰੋ ਵਿਟਾਮਿਨ B5 ਹੈ। ਸੈਕਿੰਡ ਹੈਗਾ ਪੀਲ ਆਫ ਮਾਸਕ, ਇਹਨੂੰ ਆਪਾਂ ਵੀਕ ਦੇ ਵਿੱਚ 2 ਵਾਰ ਯੂਜ਼ ਕਰਨਾ ਆ। ਸੋ ਇਹ ਸਕਿਨ ਨੂੰ ਬ੍ਰਾਈਟ ਕਰਦਾ ਐਂਡ ਪੋਰਸ ਨੂੰ ਟਾਈਟ ਰੱਖਦਾ ਆ, ਬਲੈਕ ਹੈਡਸ ਨੂੰ ਵੀ ਰਿਮੂਵ ਕਰਨ ਵਿੱਚ ਹੈਲਪ ਕਰਦਾ ਆ। ਸੋ ਥਰਡ ਵਨ ਹੈਗੀ ਆ ਐਲੋਵੇਰਾ ਫੇਸ ਕਰੀਮ, ਜਿਹੜੀ ਕਿ ਬਹੁਤ ਜਲਦੀ ਸਕਿਨ ਦੇ ਵਿੱਚ ਅਬਜ਼ਰਬ ਹੋ ਜਾਂਦੀ ਹੈ। ਇਹ ਬਹੁਤ ਹੀ ਲਾਈਟ ਵੇਟ ਆ ਐਂਡ ਨੋਨ ਸਟਿਕੀ ਆ, ਇਹ ਸਕਿਨ ਨੂੰ ਮੋਇਸਚਰਾਈਜ਼ ਰੱਖਣ ਵਿੱਚ ਵੀ ਹੈਲਪ ਕਰਦੀ ਆ। ਸੋ ਫੋਰਥ ਹੈਗਾ ਸੂਥਿੰਗ ਜੈਲ, ਜਦੋਂ ਵੀ ਅਸੀਂ ਧੁੱਪ ਦੇ ਵਿੱਚੋਂ ਆਉਂਦੇ ਹਾਂ ਵਾਪਸ ਘਰੇ ਤਾਂ ਜਿਹੜੀ ਸਾਡੀ ਸਕਿਨ ਆ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਹੈ ਐਂਡ ਡੀਹਾਈਡਰੇਟ ਹੋ ਜਾਂਦੀ ਆ। ਸੋ ਇਹ ਜੈਲ ਜਿਹੜੀ ਆ ਸਾਡੀ ਸਕਿਨ ਨੂੰ ਹਾਈਡਰੇਟ ਕਰਦੀ ਹੈ ਐਂਡ ਮੋਇਸਚਰਾਈਜ਼ ਕਰਦੀ ਆ। ਸੋ ਲਾਸਟ ਵਨ ਹੈਗੀ ਆ ਸਲੀਪਿੰਗ ਪੈਕ, ਇਹਨੂੰ ਤੁਸੀਂ ਕੀ ਕਰਨਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਜਸਟ ਇੱਕ ਪਤਲੀ ਲੇਅਰ ਬਣਾ ਕੇ ਫੇਸ ਦੇ ਉੱਤੇ ਅਪਲਾਈ ਕਰ ਲੈਣਾ ਆ ਐਂਡ ਆਰਾਮ ਨਾਲ ਸੌ ਜਾਣਾ ਆ। ਇਹਦਾ ਬਿਲਕੁਲ ਵੀ ਫੇਸ ਦੇ ਉੱਤੇ ਲੱਗਣ ਦਾ ਪਤਾ ਨਹੀਂ ਲੱਗਦਾ ਕਿਉਂਕਿ ਇਹ ਬਹੁਤ ਜ਼ਿਆਦਾ ਲਾਈਟ ਵੇਟ ਆ ਐਂਡ ਨੋਨ ਸਟਿਕੀ ਆ। ਵਾਓ ਦੇ ਹਰੇਕ ਪ੍ਰੋਡਕਟ ਦੇ ਉੱਤੇ QR ਕੋਡ ਵੀ ਦਿੱਤਾ ਜਾਂਦਾ ਹੈ ਜਿੱਥੋਂ ਕਿ ਤੁਸੀਂ ਪ੍ਰੋਡਕਟ ਦੀ ਅਥੈਂਟਿਸਿਟੀ ਚੈੱਕ ਕਰ ਸਕਦੇ ਹੋ। ਵਾਓ ਦੇ ਸਾਰੇ ਹੀ ਪ੍ਰੋਡਕਟਸ ਪਲਾਂਟ ਬੇਸਡ ਆ ਐਂਡ ਕਰੂਅਲਟੀ ਫ੍ਰੀ ਆ। ਫੋਰ ਗ੍ਰੇਟ ਸ਼ਾਪਿੰਗ ਐਕਸਪੀਰੀਅੰਸ ਤੁਸੀਂ ਵਾਓ ਐਪ ਨੂੰ ਵੀ ਡਾਊਨਲੋਡ ਕਰ ਸਕਦੇ ਆ, ਲਿੰਕ ਸਾਰੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੇ ਹੋਏ। ਤੇ ਲਓ ਜੀ, ਟਾਈਮ ਹੋ ਗਿਆ 10:30 ਤੇ ਕਿਰਨ ਨੇ ਸ਼ਾਇਦ ਆਪਣਾ ਸਾਰਾ ਕੰਮ ਨਵੇੜ ਲਿਆ ਆ। झाड़ू लाया कपड़े रखे, कपड़े रखे, ठीक है झाड़ू लाया कपड़े रखे, कपड़े रखे। हाँ जी, काम निबड़ गया घर। लो जी, अज जा रहे हैं फिर नवा शहर। सानू नवा शहर नहीं छड़दा, रोज सद लैंदा आ क्योंकि सानू रोज कोई ना कोई काम हुंदा है। अज असीं भेजणे आ कोल है ना शहर ही इह आ, ते सानू जिद्दां छोटा मोटा भी काम हुंदा फिर सानू उत्थे जाणा। हां, सानू जाणा पैंदा नवा शहर। ते अज असीं जा रहे हां उत्थे मेडिसिन लैणी आ, मैं सिस्टर नूं बाहर भेजणी आ असीं क्योंकि उन्हों को शायद खत्म हो गई थी ना। तो अज फिर थानू अपना नवा शहर जाके मिलते हैं। हम नहीं, पहले रेडी हो जाइए, रेडी होकर थानू मिलते हैं 1 घंटे बाद। चंगा जी। भारी नुकसान, कप्तान ने गमला ही तोड़ दिता। लो जी, हम खा लिए रोटी फिर मिलते हैं। हाँ जी, तो लो जी हम असं रेडी हो गए हैं, है ना। हाँ जी, तुम रेडी? 1.5 घंटा लाता रेडी होने ने, मेकअप ना हो ਜਿਹੜਾ ਕੱਲ ਨਵਾਂ ਸਮਾਨ ਲੈ ਕੇ ਆਂਦਾ ਉਹ ਸਾਰਾ ਚਲਾਇਆ ਕਿਰਨ ਨੇ। ਹਾਂਜੀ, ਤੇ ਹੁਣ ਅਸੀਂ ਚੱਲੇ ਆ ਕੰਮ ਜ਼ਰੂਰੀ ਨਵਾਂ ਸ਼ਹਿਰ। ਹਾਂਜੀ, ਦਵਾਈ ਲੈ ਕੇ ਭੇਜਣੀ ਆ। ਹਾਂਜੀ, ਬਸ ਇੱਕ ਜਿਹੜਾ ਪਾਰ ਤੁਸੀਂ ਕਾਫੀ ਜਣੇ ਕੱਲ ਕਮੈਂਟ ਕਰ ਰਹੇ ਸੀ ਵੀ ਤੁਸੀਂ ਪਾਰਸਲ ਦਿਖਾਲੇ ਨਹੀਂ ਕੀ ਆਇਆ ਸੀ, ਤੇ ਉਹਦੇ ਵਿੱਚ ਮੇਰੇ ਹਿਸਾਬ ਨਾਲ ਇੱਕ ਪਾਰਸ ਹੋਊਗਾ ਪਰ ਉਹ ਕਿਰਨ ਦਾ ਜੀ ਕੱਲ ਵੀ ਅਸੀਂ ਜਲਦੀ ਆ ਗਏ, ਥੋੜਾ ਜਿਹਾ ਕੰਮ ਸੀਗਾ ਸਾਨੂੰ। ਜੇ ਅੱਜ ਅਸੀਂ ਪਿੱਕ ਕੀਤਾ ਤਾਂ ਫਿਰ ਤੁਹਾਨੂੰ ਦਿਖਾਵਾਂਗੇ ਜ਼ਰੂਰ। ਠੀਕ ਆ ਜੀ, ਤੇ ਹੁਣ ਚੱਲੀਏ ਜੀ ਆਪਾਂ। ਹਾਂਜੀ ਚੱਲੀਏ। ਆਏ ਤੇ ਕਿਸ ਪੇ ਚਲੇ ਕਿਸ ਮੇ। ਠੀਕ ਹੈ, ਤੇ ਹੁਣ ਅਸੀਂ ਆਟੋ ਵਿੱਚ ਜਾ ਰਹੇ ਹਾਂ। ਹਵਾ ਬਹੁਤ ਪੈਂਦੀ ਪਈ ਆ ਪਰ ਸਾਨੂੰ ਸੁਣ ਤਾਂ ਨਹੀਂ ਮਿਲ ਰਿਹਾ ਕੁਛ ਵੀ, ਹੈ ਨਾ, ਕਿ ਸੁਣਦਾ ਹੋਊਗਾ। ਤੇ ਅਸੀਂ ਪਾਰਸਲ ਵੀ ਚੱਕ ਲਿਆ ਆ, ਤੇ ਪਵਨ ਕੇ ਘਰੇ ਸੀਗਾ ਜਿਹੜਾ ਪਾਰਸਲ, ਉਹ ਲੈ ਲਿਆ ਆਪਾਂ। ਹਾਂਜੀ, ਤੇ ਇਹਦੇ ਉੱਤੇ ਅਸੀਂ ਤਾਂ ਆਏ ਹਾਂ ਕਿਉਂਕਿ ਅਸੀਂ ਜਿਹੜਾ ਬੁਲਟ ਆ ਉਹ ਸਰਵਿਸ ਕਰਾਉਣ ਨੂੰ ਖੜਾ ਕਰ ਦਿੱਤਾ ਏਜੰਸੀ ਦੇ ਵਿੱਚ। ਅਸੀਂ ਸੋਚਿਆ ਤੇ ਨਿਕਲ ਗਿਆ ਸੀ 500 ਤੇ ਉਹਦੀ ਸਰਵਿਸ ਹੋਣੀ ਸੀ, ਤੇ ਹੁਣ ਤਾਂ ਉਹ 700 ਚੱਲ ਗਿਆ ਪਰ ਹੁਣ ਉਹਦੀ ਸਰਵਿਸ ਹੋ ਹੀ ਨਹੀਂ ਸਕਦੀ। 700 600 ਕੁਝ,
ਸਾਡੇ 700 ਰੁਪਏ ਚੱਲ ਗਿਆ ਆ ਹਾਂਜੀ ਤੇ ਸਾਨੂੰ ਪਤਾ ਨਹੀਂ ਸੀਗਾ ਤੇ ਸਾਡੇ ਦਿਮਾਗ ਤੋਂ ਹਣੀ ਹਣੀ ਆਈ ਸੀ ਤੇ ਉਹਨਾਂ ਦੀ ਕਾਲ ਵੀ ਆਈ ਸੀਗੀ ਹਾਂਜੀ ਅਸੀਂ ਉੱਥੇ ਖੜਾ ਕਰਿਆ ਤਾਂ ਉਹਨੂੰ ਹੁਣ ਅਸੀਂ ਚੱਲੇ ਆ ਆਰਡਰ 'ਚ ਹੁਣ ਅਸੀਂ ਆਟੋ 'ਚ ਨਜ਼ਾਰੇ ਲੈ ਰਹੇ ਹਾਂ ਨਵਾਂ ਸ਼ਹਿਰ ਦੇ ਠੀਕ ਆ ਜੀ ਤੇ ਬਸ ਹੁਣ ਨਵਾਂ ਸ਼ਹਿਰ ਜਾ ਕੇ ਮਿਲਦੇ ਹਾਂ ਦਵਾਈ ਲੈਣੀ ਇੱਕ ਪਾਸਲ ਦਾ ਪਤਾ ਕਰ ਲਿਆ ਘਰੇ ਜਾ ਕੇ ਦਿਖਾਉਂਗੀ ਨਾ ਹਾਂਜੀ ਵੀ ਅਸੀਂ ਨਵਾਂ ਸ਼ਹਿਰ ਆ ਗਏ ਸੀਗੇ ਜੀ ਅਤੇ ਸਾਨੂੰ ਇੱਥੇ ਆ ਕੇ ਥੋੜ੍ਹੇ ਜਣੇ ਮਿਲੇ ਪਹਿਲਾਂ ਉਤਰਦੇ ਸਾਨੂੰ ਆਟੋ ਦੇ ਵਿੱਚੋਂ ਠੀਕ ਆ ਜੀ ਅਤੇ ਅਸੀਂ ਹੁਣ ਮੈਡੀਸਿਨ ਲੈ ਲਈ ਆ ਅਤੇ ਅਸੀਂ ਪਾਰਸਲ ਕਰਾਉਣ ਆਏ ਹੋਏ ਸੀਗੇ ਅਤੇ ਉਹ ਪਾਰਸਲ ਹੁੰਦਾ ਪਿਆ ਆ ਮਤਲਬ ਜਿੱਦਾਂ ਪੈਕ ਉਹਨੂੰ ਕਰਦੇ ਪਏ ਆ ਬਾਹਰ ਜਾਣ ਨੂੰ ਜੀ ਅਤੇ ਹੁਣ ਸਾਡੀ ਹੈਗੀ ਵਾਪਸੀ ਠੀਕ ਆ ਜੀ ਦਵਾਈ ਵੀ ਲੈ ਲਈ ਪਾਰਸਲ ਵੀ ਕਰ ਲਿਆ ਸਾਨੂੰ ਇੱਥੇ ਵੀ ਤਿੰਨ ਚਾਰ ਜਣੇ ਮਿਲੇ ਹੈ ਨਾ ਅਤੇ ਤੁਹਾਨੂੰ ਅਸੀਂ ਆਪਣੀ ਮਰਸੀਡੀਜ਼ ਦਿਖਾ ਦਿੰਦੇ ਜਿਹੜੀ ਮਰਸੀਡੀਜ਼ ਅਸੀਂ ਜਾਣਾ ਆ ਆਪਣੀ ਜਿੱਥੇ ਜਾ ਕੇ ਅਸੀਂ ਆਪਣਾ ਬੰਬੂਗੜ੍ਹ ਚੱਕਣਾ ਹੈ ਉਹ ਤੱਕ ਠੀਕ ਹੈ ਆਹ ਦੇਖੋ ਹਾਂ ਆਪਣੀ ਮਰਸੀਡੀਜ਼ ਕਿਹਤੀ ਕਰਨ ਸਵੇਰ ਦੀ ਕਹੀ ਜਾਂਦੀ ਆ ਮੈਂ ਆਟੋ 'ਚ ਜਾਣਾ ਆਟੋ 'ਚ ਜਾਣਾ ਹੁਣ ਦੀ ਬੱਸ ਹੋਈ ਪਈ ਆਪਦੀ ਕਿੱਦਾਂ ਆਟੋ 'ਚ ਵਧੀਆ ਲੱਗਾ ਕੇ ਹੁਣ ਮੈਨੂੰ ਕਰੀ ਜਾਂਦੇ ਤੋਰ ਲਾ ਇਹਨੂੰ ਕਹਿੰਦੇ ਤੁਰਪਾ ਸਪੈਸ਼ਲ ਉਹ ਮੰਨਦੇ ਨਹੀਂ ਜਾਣ ਨੂੰ ਅਤੇ ਉਹ ਮੇਰੇ ਹਿਸਾਬ ਨਾਲ ਸਵਾਰੀਆਂ ਲੈ ਕੇ ਜਾਂਦੇ ਕਿਉਂਕਿ ਉਹਨਾਂ ਦਾ ਟਾਈਮ ਹੁੰਦਾ ਨਾ ਇਹ ਅਤੇ ਕਿਵੇਂ ਲੱਗਾ ਫਿਰ ਵਧੀਆ ਲੱਗਦਾ ਪਿਆ ਆ ਕੇ ਹਾਂਜੀ ਅਤੇ ਲਓ ਜੀ ਪਹਿਲਾਂ ਕਿਰਨ ਤਾਂ ਸ਼ਾਇਦ ਆਟੋ 'ਚ ਘੁੰਮਦੀ ਰਹੀ ਆ ਮੈਂ ਨਹੀਂ ਘੁੰਮਿਆ ਮੈਂ ਸ਼ਾਇਦ ਇੱਕ ਅੱਧੀ ਵਾਰ ਗਿਆ ਹੋਊਗਾ ਮੈਨੂੰ ਯਾਦ ਨਹੀਂ ਅਤੇ ਵਧੀਆ ਬਹੁਤ ਫਨ ਹੋ ਰਿਹਾ ਆ ਮਤਲਬ ਇੰਜੋਏਮੈਂਟ ਹੋ ਰਹੀ ਆ ਪੂਰੀ ਪੂਰੀ ਲੁਧਿਆਣੇ ਵਾਲੀ ਫੀਲਿੰਗ ਆ ਰਹੀ ਆ ਅਤੇ ਅਸੀਂ ਆਏ ਸੀਗੇ ਜੀ ਬੁਲਟ ਦੀ ਸਰਵਿਸ ਕਰਾਉਣ ਪਹਿਲਾਂ ਜਾਂਦੀ ਵਾਰ ਵੀ ਵੀਰੇ ਹੁਣ ਸਾਨੂੰ ਸਿਖਾ ਇੱਥੇ ਪਹਿਲਾਂ ਮਿਊਜ਼ਿਕ ਸੁਣਾਇਆ ਸਾਡਾ ਟਿਕਟੋਕ ਵਾਲੀਆਂ ਵੀਡੀਓ ਸੁਣਾ ਕੇ ਸਾਡੀ ਬੇਇੱਜ਼ਤੀ ਕਰ ਦਿੱਤੀ ਬਈ ਅਸੀਂ ਸੁਣ ਕੇ ਟੈਲੈਂਟ ਸਾਡਾ ਨਾ ਮਤਲਬ ਡਿੱਗ ਗਿਆ ਥੋੜਾ ਜਿਹਾ ਹਾਂਜੀ ਟਿਕਟੋਕ ਵਾਲੀ ਆਵਾਜ਼ ਪਹਿਲੀ ਕੀ ਕਰਦੇ ਹੁੰਦੇ ਸੀ ਸਾਨੂੰ ਬੜਾ ਫੀਲ ਹੋਇਆ ਹੈ ਸਾਨੂੰ ਸੁਣਾਉਂਦੇ ਆ ਨਾ ਨਾਲ ਵੀਡੀਓ ਵੀ ਦੇਖੋ ਵੀ ਨਹੀਂ ਹੱਸਦਾ ਵੇ ਕਿਆ ਕਰੀ ਜਾਂਦੀ ਐ ਮਿਲ ਜਾਂਦੀ ਆਲੇ ਦੁਆਲੇ ਮੇਰੇ ਕਿਆ ਮੇਰੇ ਅੱਗੇ ਪਿੱਛੇ ਘੁੰਮੀ ਜਾਂਦੀ ਐ ਟਰਾਈਆਂ ਮਾਰੀ ਜਾਂਦੀ ਮੇਰੇ ਤੇ ਬਾਂਦਰੀ ਟਰਾਈਆਂ ਟੁਰੀਆਂ ਨਾ ਮਾਰ ਮੇਰੇ ਦਿਵਾਲੀਆਂ ਇੱਥੋਂ ਸਾਡੀ ਸਟਾਰਟਿੰਗ ਹੋਈ ਆ ਵੀ ਟਿਕਟੋਕ ਤੋਂ ਨਾ ਮੈਂ ਕਿਹਾ ਮੇਰੀ ਲੜਾਈ ਵੀਰੇ ਹੁਣੀ ਸਾਨੂੰ ਦੋ ਕੱਪ ਦਿੱਤੇ ਆ ਗਿਫਟ 'ਚ ਆਹ ਦੇਖਿਓ ਠੀਕ ਆ ਜੀ ਬਾਕੀ ਆਪਾਂ ਖੋਲ੍ਹ ਕੇ ਤੁਹਾਨੂੰ ਘਰ ਜਾ ਕੇ ਦਿਖਾਉਂਦੇ ਹਾਂ ਹਾਂਜੀ ਤੇ ਹੁਣ ਅਸੀਂ ਗਏ ਆ ਰਾਇਲ ਐਨਫੀਲਡ ਏਜੰਸੀ 'ਚ ਅਸੀਂ ਬੈਠੇ ਆ ਹਾਂਜੀ ਤੇ ਸਾਡਾ ਮੋਟਰਸਾਈਕਲ ਦਾ ਸਲੈਂਸਰ ਉਹ ਜੀ ਛੋਟਾ ਪੋਇਆ ਅੱਜ ਅਸੀਂ ਕਿ ਇੱਕ ਮਹੀਨਾ ਛੋਟਾ ਕਰ ਲਈਏ ਮੁੜ ਕੇ ਫੇਰ ਯਾਰ ਪਤਾ ਕਿੱਦਾਂ ਇੱਥੇ ਨਾ ਚਲਾਉਣ ਬਹੁਤ ਘੱਟ ਹੁੰਦੇ ਪਏ ਹੁਣ ਅਸੀਂ ਕਿਸਮਤ ਦੇ ਨਾਲ ਬਚੀ ਜਾਂਦੇ ਹਾਂ ਤੇ ਅਸੀਂ ਫਿਰ ਉਹ ਤੋਂ ਛੋਟੇ ਜਿਹੇ ਦਾ ਗੱਲ ਗੁੱਲ ਕਰਾਏ ਕਿਸੇ ਦੀ ਦੇਖੋ ਹੁਣ ਕੀ ਬਣਦਾ ਥੋੜੀ ਥੋੜੀ ਚੱਲਦੀ ਆ ਹਾਂਜੀ ਤੇ ਉਹਨੇ ਕੱਪ ਕੁਪ ਦਿੱਤੇ ਤੇ ਅੰਦਰ ਚੰਗਾ ਵੀ ਨਹੀਂ ਲੱਗਦਾ ਬੰਦਾ ਹਨਾ ਟਾਟਾ ਵਾਲਿਆਂ ਦੀ ਏਜੰਸੀ ਮੁਰ ਨੰਗਣ ਲੱਗੇ ਜਿਹਨੇ ਕੱਪ ਸਾਨੂੰ ਦਿੱਤੇ ਅੰਦਰ ਗਏ ਉਹ ਬਹੁਤ ਵਧੀਆ ਸਾਰੇ ਨੇ ਫੋਟੋ ਕਰਾਈਆਂ ਦੱਸੇ ਦਿੱਤਾ ਉਹਨੇ ਦੇਖ ਹੀ ਲਿਆ ਹੁਣ ਹਾਂਜੀ ਮਤਲਬ ਵਧੀਆ ਲੱਗਿਆ ਠੀਕ ਹੈ ਜੀ ਤੇ ਹੁਣ ਅਸੀਂ ਬਸ ਘਰ ਨੂੰ ਹੀ ਜਾਣਾ ਆ ਹੁਣ 10 ਮਿੰਟ ਲੱਗਦੇ ਆ ਬਸ ਸਰਵਿਸ ਹੁੰਦੀ ਆ ਸਾਡੇ ਨੰਬਰ ਪਲੇਟ ਵੀ ਆਈ ਉਹ ਨੰਬਰ ਪਲੇਟ ਵੀ ਲੱਗ ਜਣੀ ਅੱਜ ਹਾਂਜੀ ਤੇ ਹੋਰ ਕੀ ਸੀ ਬਸ ਨੰਬਰ ਪਲੇਟ ਇਹ ਸੀਗਾ ਤੇ ਸਲੈਂਸਰ ਸੀਗਾ ਬਾਕੀ ਸਰਵਿਸ ਸਾਰੀ ਜਿਹੜੀ ਪਹਿਲੀ ਹੁੰਦੀ ਤੇ ਪੈਣਾ ਸੀਗਾ ਨਾ ਪਵਨੇ ਨੇ ਕਿਹਾ ਭਾਜੀ ਸਲੈਂਸਰ ਹਨਾ ਛੋਟਾ ਪਾ ਦਿਓ ਕਹਿੰਦਾ ਲੈ ਭਾਜੀ ਪਾ ਤੇ ਐਨੀ ਵਧੀਆ ਐਨੀ ਵਧੀਆ ਆਵਾਜ਼ ਆ ਮੋਟਰਸਾਈਕਲ ਦੀ ਆ ਦੋ ਕੁ ਦਿਨ ਹੋ ਗਏ ਖੋਰੂ ਵੀ ਜ਼ਿਆਦਾ ਹੀ ਪਾਉਣ ਲੱਗ ਪਏ ਹੈ ਨਾ ਹੁਣ ਤਾਂ ਯਾਰ ਪੂਰਾ ਪਟਾਕੇ ਮਾਰਦਾ ਠਾ ਠਾ ਕਰਦਾ ਫਿਰਦਾ ਅਸੀਂ ਜਿੰਨਾ ਹੌਲੀ ਕਰੀ ਜਾਂਦੇ ਸੀ ਪੁਲਿਸ ਵਾਲੇ ਦੇ ਕਿ ਉਹਨੇ ਜ਼ਿਆਦਾ ਆਵਾਜ਼ ਕਰਦੇ ਜਦੋਂ ਹੌਲੀ ਕਰਦੇ ਪਟਾਕਾ ਮਾਰ ਦਿੰਦਾ ਆ ਉਹ ਕੀ ਚੱਕਰ ਆ ਦੋ ਵਾਰ ਤਾਂ ਹੀ ਪਤੇ ਪਟਾਕੇ ਵੀ ਆਉਂਦੇ ਤਾਂ ਕਰਕੇ ਫਿਰ ਮੈਂ ਕਿਹਾ ਚਲਾਨ ਨਹੀਂ ਕੱਟ ਹੋਇਆ ਜੇ ਬਚਾ ਆ ਅਸੀਂ ਕਿਤੇ ਉਧਰ ਚਲਾਨ ਕਟਾਉਣ ਲੱਗੇ ਹੋਈ ਉਧਰ ਸਾਡਾ ਵਲੌਗ ਬਣਾ ਦਿੱਤੀ ਸਹੀ ਗੱਲ ਆ ਬੇਇੱਜ਼ਤੀ ਹੋ ਜਾਣੀ ਨਾ ਫਿਰ ਚਲਾਨ ਵਲੌਗ ਚਲਾਨ ਬਸ ਕੋਈ ਨਹੀਂ ਆਹ ਕਿੰਨੀ ਤਰੀਕ ਅੱਜ ਬਸ ਅਪ੍ਰੈਲ ਦੀ 15 ਤਰੀਕ ਦੀ ਆਪਾਂ ਫੇਰ ਪਵਾ ਦੇਣਾ ਆ
भुख लग गई सी मेनू पवने भुख मरी पै गई यार असि ना उतो आए हूं बुलट ते सच्ची दसा बुलट गुंगा हो गया साडा ਬੁਲਟ ਸੱਚੀ ਗੁੰਗਾ ਹੋ ਗਿਆ ਸੱਚੀ ਗੱਲ ਆ ਆਵਾਜ਼ ਹੀ ਨਹੀਂ ਯਾਰ ਬਿਲਕੁਲ ਵੀ ਨਹੀਂ ਆਵਾਜ਼ ਹੈਗੀ ਇਦਾਂ ਥੋੜਾ ਚੰਗਾ ਲੱਗਦਾ ਬੰਨੇ ਹਾਂ ਹੁਣ ਮੈਂ ਬੈਂਡ ਵੀ ਹੈਗਾ ਪਰ ਸਲੈਂਸਰ ਛੋਟਾ ਹੈ ਫਿਰ ਵੀ ਪਤਾ ਨਹੀਂ ਕੀ ਚੱਕਰ ਆਵਾਜ਼ ਹੀ ਨਹੀਂ ਗਈ ਯਾਰ ਹੁਣ ਇੱਥੇ ਮੈਨੇਜ ਕਰਨਾ ਪੈਣਾ ਜਿੰਨਾ ਚਿਰ ਹੈ 3 ਮਾਰਚ ਲੰਘ ਲੈਣ ਤੇ 3 ਮਾਰਚ ਲੰਘ ਲੈਣ ਦੇ ਬਸ ਕੋਈ 31 ਸੀ ਦਸੰਬਰ ਨੂੰ ਲਾਇਆ 31 ਸੀ ਮਾਰਚ ਤੱਕ ਲਾਇਆ ਕੋਈ ਨਹੀਂ ਇੱਕ ਅਪ੍ਰੈਲ ਫੇਰ ਪਵਾ ਦੇਣਾ ਯਾਰ ਠੀਕ ਹੈ ਡਨ खा पी लिए कुछ चलते ਸਾਡੀਆਂ ਨਾ ਇੰਸਟਾਗ੍ਰਾਮ ਤੇ ਇੰਨੀਆਂ ਸਟੋਰੀਆਂ ਪਾਈਆਂ ਮਰ ਸਾਡੇ ਸਬਸਕ੍ਰਾਈਬਰ ਅਸੀਂ ਆਟੋ ਤੇ ਚੱਲ ਗਏ ਅੱਜ ਤੇ ਨਾ ਉੱਤੇ ਦੀ ਰਸਤੇ ਜਿੱਥੇ ਵੀ ਘੁੰਮਦੇ ਜੀ ਕਿਸੇ ਨੇ ਕਿਤੇ ਵੀਡੀਓ ਬਣਾਈ ਹੋ ਕਿਸੇ ਨੇ ਕਿਤੇ ਨਾ ਸਾਨੂੰ ਮੈਂਸ਼ਨ ਕੀਤੀਆਂ ਸੀਗੀਆਂ ਅਸੀਂ ਸਾਰੀਆਂ ਮੈਂਸ਼ਨ ਬੈਕ ਕੀਤੀਆਂ ਥੈਂਕ ਯੂ ਸਾਰਿਆਂ ਦਾ ਐਨਾ ਨੋਟਿਸ ਕਰ ਹਾਂ ਜੀ ਠੀਕ ਆ ਮੈਂ ਅਸੀਂ ਮਾਸਕ ਵੀ ਲਾਇਆ ਸੀ ਤਾਂ ਵੀ ਨੋਟਿਸ ਕਰ ਲਿਆ ਦੇਖ ਲੋ ਹੈ ਠੀਕ ਆ ਹੁਣ ਆਪਾਂ ਖਾ ਕੋ ਲਈਏ ਕੁਛ ਤੇ ਫਿਰ ਮਿਲਦੇ ਹਾਂ ਤੁਹਾਨੂੰ ਰਸਤੇ ਦੇ ਵਿੱਚ ਚੰਗਾ ਆ ਬੰਦੇ ਦਾ ਬਹੁਤ ਵੱਡੀ ਕਲੋਰ समोसे खा ले कप्तान रौला पाई जांदा है ठीक है जी तो चलो हम देखते हैं किरण का पार्सल की आया पार्सल दे विच लो जी देख लो किरण का पार्सल खोल तो जी उ ओके मैं ना तुम दसना चाहनी हाँ मैं पैक जो वो तो पहले ही खोल लिया जी पैकिंग पुकिंग जी होंगी दस दियो भाई कमेंट करके सारियां कुड़ियां सोना है पर ठीक है अंदर आना मना है बहुत सोना है बहुत सोना है हाँ जी तो यह सा अज का ब्लॉग सो सॉरी मैं कल एंडिंग करनी पै रही है क्योंकि उधर फोन आया हुआ पवने तो काफ़ी टाइम तो मैं वेट करी जी हूँ घट हूँ हूँ घट हूँ बट नहीं सो सोचा मैं कि मैं ही एंडिंग कर दिनी हाँ तो होपफुली थानू अज का ब्लॉग वधिया लग्या होगा जे वधिया लगा तो वीडियो लाइक शेयर कमेंट कर दिओ चैनल में भी सबसक्राइब कर लियो थैंक यू सो मच इंस्टाग्राम से फॉलो कर लियो अजय कोई नहीं रोक सकता सो चलो ठीक है जी मिलते हैं कल के ब्लॉग के।